ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਲੋਕ ਫਿਰ ਕਹਿੰਦੇ ਨੇ ਕਿ ਇਹੋ ਜਿਹੇ ਲੋਕਾਂ ਨੂੰ ਚਪੇੜਾਂ ਕਿਉਂ ਵੱਜਦੀਆਂ ਕਿਉਂ ਨਿਹੰਗ ਜਥੇਬੰਦੀਆਂ ਇਹੋ ਜਿਹਾਂ ਫਿਰ ਫੈਂਟਾ ਲਾਂਦੇ ਨੇ ਜਦੋਂ ਹਦਾ پار ਕਰ ਦਿੰਦੇ ਨੇ ਇਸ ਤਰ੍ਹਾਂ ਦੇ ਲੋਕ ਤੇ ਕਿਤੇ ਨਾ ਕਿਤੇ ਜ਼ਰੂਰੀ ਹੋ ਜਾਂਦਾ ਕਿ ਇਹਨਾਂ ਇਹਨਾਂ ਵਰਗਿਆਂ ਦੇ ਉੱਤੇ ਚਪੇੜਾਂ ਵੀ ਵੱਜਣੀਆਂ ਜ਼ਰੂਰੀ ਹੋ ਜਾਂਦੀ ਹੈ ਤੁਹਾਨੂੰ ਕੱਟਣਾ ਦੱਸਾਂਗੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਸ਼ੰਕਰ ਪਰਚੂ ਰਾਮ ਭਵਨ ਦੇ ਅੰਦਰ ਦੀ ਅਸਲ ਵਿੱਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈਏ ਉਹ ਹੋਈਏ ਗੜਸ਼ੰਕਰ ਦੀ ਜਿਸ ਵੀਡੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਮੰਦਰ ਦੇ ਵਿੱਚ ਕੋਈ ਪ੍ਰੋਗਰਾਮ ਚੱਲ ਰਿਹਾ ਉਸ ਪ੍ਰੋਗਰਾਮ ਦੇ ਵਿੱਚ ਸਿੱਖ ਧਰਮ ਦੀ ਭਾਵਨਾਵਾਂ ਨੂੰ ਠੇਸ ਪੰਚਾਮ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਕਿ ਸਿੱਖ ਅਲੱਗ-ਅਲੱਗ ਕੰਮ ਕਰਕੇ ਲੋਕਾਂ ਦੀ ਸੇਵਾ ਕਰਕੇ ਜਦੋਂ ਵੀ ਕਿਸੇ ਤੇ ਵਿਪਤਾ ਆਂਦੀ ਏ ਸਭ ਤੋਂ ਅੱਗੇ ਸਿੱਖ ਖੜੇ ਹੁੰਦੇ ਨੇ ਐ ਸਾਨੂੰ ਜਤਾਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਿੱਖ ਦੀ ਸਿੱਖ ਦਾ ਹਿਰਦਾ ਹੀ ਇਹੋ ਜਿਹਾ ਹੈ ਕਿ ਉਹ ਘਰ ਬੈਠ ਨਹੀਂ ਸਕਦਾ ਜਦੋਂ ਵੀ ਕਿਸੇ ਤੇ ਵਿਪਤਾ ਆਂਦੀ ਉਹ ਘਰੋਂ ਬਾਹਰ ਨਿਕਲੇਗਾ ਨਿਕਲੇਗਾ ਮਗਰ ਦਿਲ ਉਦੋਂ ਦੁਖਦਾ ਜਿੰਨਾ ਲੋਕਾਂ ਦੀਆਂ ਸੇਵਾਵਾਂ ਵਾਸਤੇ ਸਿੱਖ ਆਪਣੇ ਆਪ ਨੂੰ ਨਿਛਾਵਰ ਕਰ ਦਿੰਦਾ ਆਪਣੀ ਜਾਨ ਹਥੇਲੀ ਤੇ ਲੈ ਕੇ ਨਿਕਲਦਾ ਘਰੋਂ ਬਾਹਰ ਕਿ ਅਸੀਂ ਹਮਦਰਦ ਬੰਨਾ ਕਿਸੇ ਦਾ ਸਾਇਆ ਬੰਨਾ ਜਦੋਂ ਉਹੀ ਲੋਗ ਸਿੱਖ ਧਰਮ ਦੀਆਂ ਮਜ਼ਾਕ ਵਾਲੀਆਂ ਵੀਡੀਓ ਜਾਂ ਸਿੱਖ ਧਰਮ ਦਾ ਰੂਪ ਉਤਾਰ ਕੇ ਜਾਂ ਸਿੱਖ ਧਰਮ ਦਾ ਰੂਪ ਧਾਰ ਕੇ ਸਿੱਖਾਂ ਨੂੰ ਮਜਾਕੀਆ ਤੌਰ ਤੇ ਪੇਸ਼ ਕਰਨਾ ਜਾਂ ਸਿੱਖਾਂ ਦੇ ਬਾਰੇ ਗਲਤ ਪ੍ਰਚਾਰ ਕਰਨਾ ਕਿਤੇ ਨਾ ਕਿਤੇ ਵਿਸ਼ਾ ਬਣ ਜਾਂਦਾ ਹੈ ਕਿ ਇਹੋ ਜਿਹੇ ਲੋਕਾਂ ਦੇ ਮੂੰਹ ਤੇ ਚਪੇੜਾਂ ਵੱਜਣੀਆਂ ਜ਼ਰੂਰੀ ਬਣ ਜਾਂਦੀਆਂ ਤੁਸੀਂ ਤਸਵੀਰ ਦੇਖਦੇ ਪਿਓ ਜਿਸ ਸਖਸ਼ ਦੀ ਫੇਸਬੁਕ ਦੀ ਪ੍ਰੋਫਾਈਲ ਦੀ ਮੈਂ ਫੋਟੋ ਨਾਲ ਲਗਾ ਕੇ ਤੁਹਾਨੂੰ ਦਿਖਾ ਰਿਹਾ ਇਸ ਸਖਸ਼ ਨੇ ਇੱਕ ਵੀਡੀਓ ਪਾਈ ਸੀ ਥੋੜੇ ਦਿਨ ਪਹਿਲਾਂ ਜਿਹਦੇ ਵਿੱਚ ਗੜ ਸ਼ੰਕਰ ਪਰਸ਼ੂਰਾਮ ਭਵਨ ਦੇ ਅੰਦਰ ਜੋ ਸਿੱਖ ਧਰਮ ਦੇ ਸਰੂਪ ਬਣਾ ਕੇ ਸਿੱਖ ਧਰਮ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਵੀਡੀਓ ਇਸ ਸ਼ਖਸ ਨੇ ਆਪਣੀ ਫੇਸਬੁੱਕ ਦੇ ਉੱਤੇ ਅਪਲੋਡ ਕੀਤੀ ਸੀ ਮਗਰ ਵਿਰੋਧ ਹੋਣ ਤੋਂ ਬਾਅਦ ਲੱਗਦਾ ਐਨੇ ਉਸ ਫੇਸਬੁੱਕ ਤੋਂ ਉਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਸੋਚਣ ਨੂੰ ਮਜਬੂਰ ਹੋ ਜਾਂਦਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹਾ ਜਿਹੜਾ ਕੀ ਪੰਜਾਬੀਆਂ ਦਾ ਸਿੱਖਾਂ ਦਾ ਵੀ ਗੜ ਮੰਨਿਆ ਜਾਂਦਾ ਵੇ ਮਗਰ ਹੱਲੇ ਤੱਕ ਕਹੇ ਸਿੱਖ ਜਥੇਬੰਦੀ ਵੱਲੋਂ ਕੋਈ ਇਸ ਸਖਸ਼ ਦੇ ਉੱਤੇ ਜਾਂ ਜਿਹੜੇ ਗੜ ਸ਼ੰਕਰ ਦੇ ਪਰਛੂ ਰਾਮ ਭਵਨ ਦੇ ਅੰਦਰ ਇਹ ਕੰਮ ਹੋਇਆ ਹੱਲੇ ਤੱਕ ਉਹ ਭਵਨ ਵਾਲਿਆਂ ਵੱਲੋਂ ਵੀ ਕੋਈ ਇਸ ਤਰ੍ਹਾਂ ਦੀ ਮਾਫੀ ਜਾਂ ਕੋਈ ਇਸ ਤਰ੍ਹਾਂ ਦਾ ਬੰਦਾ ਅੱਗੇ ਨਹੀਂ ਆਇਆ ਕਿ ਜਿਨ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਹੋਵੇ ਔਰ ਸਿੱਖ ਧਰਮ ਤੋਂ ਮਾਫੀ ਮੰਗੀ ਹੋਵੇ ਕਿ ਵੀ ਸਾਡੇ ਕੋਲੋਂ ਗਲਤੀ ਹੋ ਗਈ ਐ ਅਸੀਂ ਮਾਫੀ ਚਾਹੁੰਦੇ ਆ ਹਾਲਾਂਕਿ ਦੇਖਣ ਨੂੰ ਮਿਲਦਾ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤੇ ਇੱਕ ਦੋ ਦਿਨ ਬਾਅਦ ਵੀਡੀਓ ਮਾਫੀ ਨਾਮੇ ਦੀ ਵਾਇਰਲ ਹੋ ਜਾਂਦੀ ਹੈ ਮਗਰ ਹੱਲੇ ਤੱਕ ਇਸ ਗੜਸ਼ੰਕਰ ਦੇ ਮਾਮਲੇ ਦੇ ਉੱਤੇ ਕੋਈ ਮਾਫੀ ਨਾਮਾ ਨਹੀਂ ਆਇਆ ਹਲੇ ਤੱਕ ਕਹੇ ਜਥੇਬੰਦੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪੰਜਾਬ ਦੀ ਧਰਤੀ ਦੇ ਵਿੱਚ ਰਹਿ ਕੇ ਪੰਜਾਬੀਆਂ ਦਾ ਖਾਸ ਕਰਕੇ ਸਿੱਖ ਕੌਮ ਦਾ ਮਜ਼ਾਕ ਬਣਾਣਾ ਜਾਂ ਸਿੱਖੀ ਸਰੂਪ ਦੇ ਵਿੱਚ ਮਜ਼ਾਕੀਆ ਰੋਲ ਅਦਾ ਕਰਨਾ ਸਭ ਤੋਂ ਵੱਡੀ ਗੱਲ ਇੱਕ ਧਾਰਮਿਕ ਸਥਾਨ ਦੇ ਅੰਦਰ ਕਿ ਦੂਸਰੇ ਧਰਮ ਦੇ ਰੂਪ ਧਾਰ ਕੇ ਉਸ ਧਰਮ ਦੀ ਨਰਾਦਰੀ ਕਰਨੀ ਜਾਂ ਉਹ ਧਰਮ ਦੇ ਬਾਰੇ ਗਲਤ ਬੋਲ ਕੇ ਜਾਂ ਗਲਤ ਤਰੀਕੇ ਨਾਲ ਡਾਂਸ ਕਰਕੇ ਇੱਕ ਮਜਾਕੀਆ ਤੌਰ ਦੇ ਉੱਤੇ ਬੈਠੀ ਸੰਗਤ ਦੇ ਵਿੱਚ ਉਹਦਾ ਸਰੂਪ ਬਣਾ ਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਉਂ ਹੁੰਦਾ ਹੈ ਇਸ ਤਰ੍ਹਾਂ ਵਾਰ-ਵਾਰ ਕਿ ਸਿੱਖ ਧਰਮ ਦੇ ਉੱਤੇ ਇਸ ਚੀਜ਼ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਕਦੀ ਕਿਹੇ ਤਰੀਕੇ ਨਾਲ ਕਦੀ ਕਿਹੇ ਤਰੀਕੇ ਨਾਲ। ਥੋੜੇ ਦਿਨ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਇੱਕ ਸਿੰਘ ਵੱਲੋਂ ਇੱਕ ਨੌਜਵਾਨ ਨੂੰ ਚੰਗੀਆਂ ਚਪੇੜਾਂ ਮਾਰੀਆਂ ਗਈਆਂ ਤੇ ਉਹਦਾ ਮੁਰਗਾ ਵੀ ਬਣਾਇਆ ਗਿਆ। ਕਿਉਂ ਬਣਾਇਆ ਗਿਆ ਕਿਉਂਕਿ ਬਾਈਕ ਦੇ ਉੱਤੇ ਬੈਠ ਕੇ ਜਾਂਦੇ ਜਾਂਦੇ ਇੱਕ ਬਜ਼ੁਰਗ ਸਿੱਖ ਨਾਲ ਮਜ਼ਾਕੀਆ ਤੌਰ ਦੇ ਉੱਤੇ ਇੱਕ ਟਿੱਪਣੀ ਉਹ ਜੀ ਕਰਕੇ ਗਿਆ ਜਿਹਦੇ ਕਰਕੇ ਉਸ ਤੋਂ ਬਾਅਦ ਸਿੰਘਾ ਨੇ ਫੜ ਕੇ ਉਸ ਬੰਦੇ ਨੂੰ ਚਪੇੜਾ ਮਾਰ ਕੇ ਉਹਦਾ ਮੁਰਗਾ ਚੰਗੀ ਤਰ੍ਹਾਂ ਬਣਾਇਆ ਫਿਰ ਕਈ ਬੰਦੇ ਵੀਡੀਓ ਵਿੱਚ ਕਮੈਂਟ ਕਰਦੇ ਨੇ ਕਿ ਸਿੱਖ ਇਸ ਤਰ੍ਹਾਂ ਦੇ ਕੰਮ ਕਿਉਂ ਕਰਦੇ ਨੇ ਕਿਉਂ ਲੋਕਾਂ ਨੂੰ ਚਪੇੜਾ ਮਾਰਦੇ ਨੇ ਭਾਈ ਕਿਉਂ ਨਾ ਮਾਰਨ ਜਦੋਂ ਕਿਹ ਕੌਮ ਦੀ ਤੁਸੀਂ ਮਜ਼ਾਕ ਬਣਾਓਗੇ ਤੇ ਮਜਬੂਰ ਹੋ ਜਾਂਦਾ ਬੰਦਾ ਕੋਈ ਬਰਦਾਸ਼ਤ ਕਰ ਸਕਦਾ ਤੇ ਕੋਈ ਨਹੀਂ ਕਰ ਸਕਦਾ ਸਿਰਫ ਇਹ ਕੰਮ ਇਸ ਕਰਕੇ ਕੀਤੇ ਜਾਂਦੇ ਨੇ ਤਾਂ ਕਿ ਅਗਲੇ ਬੰਦਿਆਂ ਨੂੰ ਇਸ ਚੀਜ਼ ਦੀ ਨਸੀਹਤ ਮਿਲ ਸਕੇ ਕਿ ਭਾਈ ਅਗਰ ਅਸੀਂ ਇਸ ਕੌਮ ਦੇ ਉੱਤੇ ਮਜ਼ਾਕ ਵਾਲੀ ਕੋਈ ਗੱਲ ਕਰਾਂਗੇ ਜਾਂ ਇਸ ਕੌਮ ਦੇ ਬਾਰੇ ਗਲਤ ਬੋਲਾਂਗੇ ਸੋਸ਼ਲ ਮੀਡੀਆ ਤੇ ਤੇ ਉਹ ਕੌਮ ਹੱਥ ਚ ਹੱਥ ਪਾ ਕੇ ਬੈਠਣ ਵਾਲਿਆ ਜੋ ਨਹੀਂ ਹੈ ਉਹ ਕੌਮ ਉਸੇ ਵਕਤ ਐਕਸ਼ਨ ਲੈਣ ਵਾਲਿਆਂ ਚੋਂ ਐ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੇ ਨਾ ਕਿਸੇ ਨੂੰ ਅਸੀਂ ਡਰਾਉਂਦੇ ਆਂ ਤੇ ਨਾ ਕਿਸੇ ਤੋਂ ਡਰਦੇ ਆਂ ਹਾਂ ਜਿੱਥੇ ਗਲਤ ਹੋਏਗਾ ਭਾਵੇਂ ਉਹ ਕਿਸੇ ਵੀ ਧਰਮ ਤੇ ਹੋਵੇ ਉਦੋਂ ਸਿੱਖ ਕੌਮ ਹਮੇਸ਼ਾ ਡਟ ਕੇ ਖੜੀ ਹੁੰਦੀ ਐ ਤੇ ਉਸ ਕੌਮ ਦਾ ਸਹਿਯੋਗ ਕਰਦੀ ਐ ਮਗਰ ਵਿਤਕਰਾ ਉਦੋਂ ਹੋ ਜਾਂਦਾ ਜਿਹੜੇ ਜਿਹੜੀ ਸਿੱਖ ਕੌਮ ਹਮੇਸ਼ਾ ਦੂਸਰਿਆਂ ਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਖੜੀ ਹੁੰਦੀ ਹੈ ਜਦੋਂ ਦੂਸਰੀ ਕੌਮ ਦੇ ਉੱਤੇ ਕੋਈ ਤੱਕਾ ਹੁੰਦਾ ਹੈ ਤੇ ਸਿੱਖ ਨੌਜਵਾਨ ਉਹਨਾਂ ਦੇ ਨਾਲ ਖੜੇ ਹੁੰਦੇ ਨੇ ਦੁੱਖ ਉਦੋਂ ਹੋ ਜਾਂਦਾ ਜਦੋਂ ਸਿੱਖ ਕੌਮ ਦੇ ਨਾਲ ਤੱਕਾ ਹੋਵੇ ਤੇ ਉਹਦੇ ਨਾਲ ਖੜਾ ਹੋਣ ਵਾਲਾ ਕੋਈ ਵੀ ਨਹੀਂ ਹੁੰਦਾ ਖਾਸ ਕਰਕੇ ਕਈ ਸਿੱਖ ਵੀ ਆਪਣੇ ਸਿੱਖਾਂ ਨੂੰ ਹੀ ਲਤਾਂ ਖੇਚਣੀਆਂ ਸ਼ੁਰੂ ਕਰ ਦਿੰਦੇ ਆ ਸੰਗਤ ਨੂੰ ਬੇਨਤੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਜਿਹੜੀ ਕਰਤੂਤ ਤੁਸੀਂ ਨਾਲ ਚੱਲਦੀ ਵੀਡੀਓ ਵੇਖ ਰਹੇ ਹੋ ਕਿਸ ਤਰੀਕੇ ਨਾਲ ਸਿੱਖਾਂ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਵੀਡੀਓ ਨੂੰ ਤੇ ਸਾਡੀ ਗੱਲਬਾਤ ਨੂੰ ਸੰਗਤਾਂ ਤੱਕ ਜਰੂਰ ਪਹੁੰਚਾਓ ਖਾਸ ਕਰਕੇ ਹੁਸ਼ਿਆਰਪੁਰ ਦੀ ਸੰਗਤ ਵਿੱਚ ਸਾਡੀ ਚਰਚਾ ਹੋਣੀ ਚਾਹੀਦੀ ਹੈ ਉੱਥੇ ਤੱਕ ਵੀਡੀਓ ਜਰੂਰ ਪਹੁੰਚੇ ਉੱਥੇ ਦੀ ਜਥੇਬੰਦੀਆਂ ਤੱਕ ਪਹੁੰਚੇ ਤਾਂ ਕਿ ਗੜਸ਼ੰਕਰ ਵਿੱਚ ਪਰਸ਼ੂਰਾਮ ਭਵਨ ਦੇ ਵਿੱਚ ਜੋ ਸਿੱਖ ਧਰਮ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਉੱਤੇ ਕਾਰਵਾਈ ਕੀਤੀ ਜਾਏ ਔਰ ਉਹ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਏ ਕਿ ਇਹ ਜਿਹੜਾ ਕੰਮ ਕੀਤਾ ਗਿਆ ਡਰਾਮਾ ਜੋ ਰਚਿਆ ਗਿਆ ਕਿਦੇ ਕਹਿੰਤੇ ਤੇ ਕਿਉਂ ਰਚਿਆ ਗਿਆ ਇਤਨੇ ਕਿ ਬੇਨਤੀ ਪ੍ਰਮਾਨ ਕਰਨੀ ਵੀਡੀਓ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤਾਂਕਿ ਸਾਡੀ ਜਿਹੜੀ ਵੀਡੀਓ ਬਣਾਉਣ ਦੀ ਮਿਹਨਤ ਉਹ ਸਫਲ ਹੋਵੇ ਤੇ ਸੰਗਤਾਂ ਤੱਕ ਅਸੀਂ ਹਰ ਗੱਲ ਨੂੰ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ